असी आए सी पाकिस्तान करतारपुर साहब मत्था टेकन। मैं बहुत दिलों शुक्रिया अदा करदा पाकिस्तान दी सारी टीम दा भई सानू मौका मिलिया इत्थे आउण दा करतारपुर साहब मत्था टेकन दा। और साडी फिल्म असी बहुत मेहनत नाल बनाई है, तुसी जरूर सिनेमाघरां जाके देखियो। इहो जिहियां खूबसूरत फिल्मां ਜਿਹੜੀਆਂ ਪਿਆਰ ਦਾ ਸੁਨੇਹਾ ਦਿੰਦੀਆਂ ਨੇ, ਜਿਹੜੀਆਂ ਆਪਣੇਪਨ ਦਾ ਸੁਨੇਹਾ ਦਿੰਦੀਆਂ ਨੇ, ਅਸੀਂ ਹੋਰ ਬਣਾਉਂਦੇ ਰਹਾਂਗੇ। ਸਾਰੀ ਬੜੀ ਮਿਹਨਤ ਹੋਈ ਹੈ, ਪਲੀਜ਼ ਇਹ ਫਿਲਮ ਨੂੰ ਜ਼ਰੂਰ ਦੇਖੋ। 19 ਜਨਵਰੀ ਨੂੰ ਪੂਰੀ ਦੁਨੀਆ 'ਚ ਲੱਗ ਰਹੀ ਹੈ, ਮਜ਼ੇ ਆਉਣ ਵਾਲੇ ਨੇ ਅਤੇ ਗਾਣਾ ਵੀ 5 ਵਜੇ ਵੇਖਣਾ। ਕਿ ਮੈਂ ਫਸਟ ਟਾਈਮ ਕਾਮੇਡੀ ਕਰ ਰਹੀ ਹਾਂ ਔਰ ਫਸਟ ਟਾਈਮ ਲੈਂਦੇ ਪੰਜਾਬੀ ਆਰਟਿਸਟਾਂ ਨਾਲ ਕੰਮ ਕਰ ਰਹੀ ਹਾਂ ਔਰ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੈਂਦੇ ਔਰ ਚੜ੍ਹਦੇ ਪੰਜਾਬ ਦੇ ਇੱਕ ਜੋ ਬਹੁਤ ਨਾਜ਼ੁਕ ਜਿਹਾ ਰਿਸ਼ਤਾ ਹੈ ਉਹਦੇ ਬਾਰੇ ਗੱਲ ਕੀਤੀ ਹੈ। ਔਰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ 19 ਜਨਵਰੀ ਨੂੰ ਜਾ ਕੇ ਤੁਸੀਂ ਫਿਲਮ ਦੇਖ ਕੇ ਆਓ ਔਰ ਵਧੀਆ ਮੈਸੇਜ ਲੈ ਕੇ ਤੁਸੀਂ ਸਿਨੇਮਾ 'ਚ ਬਾਹਰ ਆਓਗੇ। ਔਰ ਜਿਹੜੀਆਂ ਅੱਜ ਇਹਨਾਂ ਨੇ ਸਾਨੂੰ ਦੁਆਵਾਂ ਦਿੱਤੀਆਂ ਹੈ ਨਾ, ਉਹ ਤਾਂ ਅਸੀਂ ਹਾਂ ਉਹ ਅਸੀਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਮੈਂ ਸਾਰੀ ਉਮਰ ਭੁੱਲੂੰਗਾ, ਉਹ ਮੇਰੇ ਲਈ ਮਤਲਬ ਬਹੁਤ ਵੱਡੀਆਂ ਯਾਦਾਂ। ਮਿਹਨਤ ਨਾਲ ਫਿਲਮ ਬਣੀ ਹੈ, ਜਦੋਂ ਤੁਹਾਨੂੰ ਰਿਪੋਰਟ ਆਉਣੀ ਕਿ ਫਿਲਮ ਤੁਸੀਂ ਸਾਰਿਆਂ ਨੇ ਰਲ ਕੇ ਇਹਨੂੰ ਹਿੱਟ ਕਰ ਦਿੱਤਾ ਅਤੇ ਇੱਥੇ ਹੀ ਤੁਹਾਨੂੰ ਫਿਰ ਅਸੀਂ ਦੁਬਾਰਾ ਨਜ਼ਰ ਆਵਾਂਗੇ ਅਤੇ ਇਨਸਾਨੀਅਤ ਜ਼ਿੰਦਾਬਾਦ। ਬਹੁਤ ਜੋ ਪਿਆਰ ਸਾਨੂੰ ਇੱਥੋਂ ਮਿਲਿਆ ਸਭ ਦਾ ਧੰਨਵਾਦ। ਜੋ ਆਪਣੀ ਫਿਲਮ ਡਰਾਮੇ ਵਾਲੇ ਆ ਇਹ ਦੋਨਾਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਜਿਹੜਾ ਸੰਮੇਲਨ ਜੋੜਨ ਵਾਲੀ ਫਿਲਮ ਹੈ, ਸੋ ਮੈਂ ਸਭ ਨੂੰ ਕਹਿੰਦੇ ਇਹ ਫਿਲਮ ਤੋਂ ਜੋ ਮੈਸੇਜ ਮਿਲਦਾ ਤੁਸੀਂ ਇੱਕ ਵਾਰ ਦੇਖੋ, ਤੁਹਾਨੂੰ ਪਤਾ ਲੱਗੇਗਾ ਕਿ ਭਾਈਚਾਰਕ ਸਾਂਝ ਕੀ ਹੈ ਅਤੇ ਪਿਆਰ ਦੀ ਤੜਫ ਕੀ ਹੈ।